ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਚੋਰ ਕੁਝ ਹੀ ਮਿੰਟਾਂ ਦੇ ਵਿੱਚ 30 ਤੋਲੇ ਸੋਨਾ ਤੇ 1 ਲੱਖ ਤੋਂ ਵੱਧ ਦਾ ਕੈਸ਼ ਲੈ ਕੇ ਰਪੂ ਚੱਕਰ ਹੋਏ ਨੇ ਤੇ ਕਿਸੇ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਿਆ। ਇਸ ਘਰ ਦੇ ਵਿੱਚ ਚੋਰ ਦਾਖਲ ਹੁੰਦੇ ਨੇ ਲਿਫਟ ਦੇ ਰਾਹੀਂ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਚੋਰ ਘਰ ਦੇ ਅੰਦਰ ਜਾਂਦੇ ਹੀ ਸਿੱਧਾ ਅਲਮਾਰੀ ਦਾ ਤਾਲਾ ਤੋੜਦੇ ਨੇ। ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਜਾਂਦਾ ਤੇ ਅਲਮਾਰੀ 'ਚ ਪਿਆ ਸੋਨਾ ਤੇ ਨਗਦੀ ਲੈ ਕੇ ਫਰਾਰ ਹੋ ਜਾਂਦੇ ਨੇ। ਇਸ ਘਰ ਦੇ ਮਾਲਕ ਨੇ ਦੱਸਿਆ ਹੈ ਕਿ ਚੋਰ ਲਿਫਟ ਰਾਹੀਂ ਘਰ ਦੇ ਅੰਦਰ ਦਾਖਲ ਹੋਏ ਸਨ। ਲਿਫਟ ਵਿੱਚ ਵੜਦਿਆਂ ਦੇ ਚੋਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿੱਚ ਇਹ ਦੋ ਚੋਰ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਕੈਪ ਪਹਿਨੀ ਹੋਈ ਹੈ, ਇੱਕ ਨੇ ਬੈਗ ਵੀ ਪਾਇਆ ਹੋਇਆ ਹੈ, ਮੂੰਹ ਨਹੀਂ ਢੱਕੇ ਹੋਏ ਨੇ। ਲਿਫਟ ਦੇ ਵਿੱਚ ਦਾਖਲ ਹੁੰਦੇ ਨੇ ਤੇ ਫਿਰ ਸਿੱਧਾ ਘਰ ਦਾ ਮੇਨ ਗੇਟ ਦਾ ਤਾਲਾ ਤੋੜਦੇ ਨੇ ਤੇ ਅੰਦਰ ਵੜਦੇ ਹੀ ਅਲਮਾਰੀ ਦਾ ਤਾਲਾ ਤੋੜ ਕੇ 30 ਤੋਲੇ ਸੋਨਾ ਤੇ 1 ਲੱਖ ਤੋਂ ਵੱਧ ਦਾ ਕੈਸ਼ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇਹ ਵੀਡੀਓ ਮੋਹਾਲੀ ਦੇ ਜ਼ੀਰਕਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿੱਥੇ ਚੋਰੀ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੈਂ ਓਮ ਪ੍ਰਕਾਸ਼ ਸਿੰਘ, ਫਲੈਟ ਨੰਬਰ K400A, ਮਾਇਆ ਗਾਰਡਨ ਫੇਸ 3, VIP ਰੋਡ, ਜ਼ੀਰਕਪੁਰ। ਮੇਰਾ ਤਾਂ ਮੇਰੀ ਵਾਈਫ 12:30 ਇਸੀ ਸੋਸਾਇਟੀ ਕੇ ਫਲੈਟ ਮੇ ਨੀਚੇ ਕਿਸੀ ਕਾਮ ਸੇ ਨੀਚੇ ਗਈ ਥੀ। ਜਬ ਵਾਪਸ ਆਈ, ਕਿਤਨੇ ਵਜੇ ਵਾਪਸ ਆਈ ਜੀ? 2:35 ਪੇ ਜਬ ਵਾਪਸ ਆਈ ਤੋ ਉਸਨੇ ਦੇਖਾ ਕਿ ਲੋਕ ਟੁੱਟਾ ਹੋਇਆ ਹੈ। ਤੋ ਉਹ ਕਿਆ ਘਰ ਕਾ ਲੋਕ ਕਰਕੇ ਗਈ ਹੋਈ ਥੀ? ਮੈਂ ਹਾਂਜੀ, ਲੋਕ ਕਰਕੇ ਗਈ ਹੋਈ ਥੀ। ਜਬ ਵਾਪਸ ਆ ਕੇ ਦੇਖਾ ਤੋ ਲੋਕ ਟੁੱਟਾ ਹੋਇਆ ਥਾ, ਔਰ ਇਹ ਲੋਕ ਦੇਖੋ ਇਹ ਸਾਰਾ ਇੱਕਦਮ ਲੋਕ ਟੁੱਟਾ ਹੋਇਆ ਹੈ। जब वो 2:30 बजे जो एंटर किया घर में, तो सामान बिखरा हुआ था इधर उधर, और उन्हें थोड़ा एंटर करते वो वापस डर के मारे, क्योंकि सारा सामान बेड पे बिखरा हुआ था, अलमारी खुली थी। उसने क्या क्या किया जी उस वहाँ पे? उसने अलमारी का लॉक तोड़ा पहले। ठीक है जी, देखिए लॉक सारा टूटा हुआ है। ठीक है जी, अंदर का जो ये लॉकर है, लॉकर का लॉक टूटा हुआ है, लॉकर के अंदर भी एक छोटा और कैश बॉक्स है, वो भी तोड़ा हुआ है। ठीक है जी, वाइफ की हालत इतनी खराब हो गई थी, वो चिल्लाते हुए नीचे आसपास के पड़ोसियों को बुलाया। और ये सामान उसने बिखेरा है जी, चोरों ने? हाँ, वो सामान सारा ले गया जी, कुछ कैश और ज्वेलरी और ये जो ज्वेलरी के डब्बे हैं वो सारे यहाँ बैठे कर गया। आपने पुलिस में कंप्लेन लिखवाई जी? पुलिस में कंप्लेन लिखवा दी जी मैंने, मैं क्योंकि जब मेरे को ऑफिस से पता लगा तो मैं 3:15 बजे ऑफिस से घर पे आया, आके यहाँ कैमरे में देखी जो भी तस्वीरें थी और पुलिस में रिपोर्ट भी लिखवा दी है।